ਹੁਣ ਸ਼ਗਨਪ੍ਰੀਤ ਦੇ ਉੱਤੇ ਗੱਲ ਆਉਂਦੀ ਹੈ। ਸ਼ਗਨਪ੍ਰੀਤ ਸਿੱਧੂ ਨੂੰ 1 ਸਾਲ ਪਹਿਲਾਂ ਤੋਂ ਜਾਣਨ ਲੱਗਿਆ, ਜਿਵੇਂ ਤੁਸੀਂ ਆਏ ਉਹਦੇ ਕੋਲ ਹਜ਼ਾਰਾਂ ਲੋਕ ਆਉਂਦੇ ਜੀ ਫੋਟੋ ਖਿਚਾਉਣ, ਸ਼ਗਨਪ੍ਰੀਤ ਵੀ ਆਇਆ, ਪਹਿਲਾਂ ਕਿਸੇ ਹੋਰ ਮੁੰਡੇ ਦੇ ਨਾਲ ਆਇਆ ਸੀ, ਹੌਲੀ ਹੌਲੀ ਜਾਣ ਪਹਿਚਾਣ ਜੋ ਗਈ, ਉਹ 1-2 ਸ਼ੋਆਂ 'ਤੇ ਵੀ ਨਾਲ ਚਲਾ ਗਿਆ ਤਾਂ ਉਹਨੂੰ ਸਾਡਾ ਮੈਨੇਜਰ ਬਣਾਤਾ, ਜਦਕਿ ਸਾਡਾ ਮੈਨੇਜਰ ਅੱਜ ਵੀ ਆਫੀਸ਼ੀਅਲ ਦੇ ਬੰਟੀ ਬੈਂਸ ਹੈ ਔਰ ਪਿਛਲੇ 4-5 ਸਾਲ ਤੋਂ ਉਹੀ ਬੰਦਾ ਕੰਮ ਦੇਖ ਰਿਹਾ ਸੀ। ਦੱਸਾਂ ਕਿਸੇ ਪੈਸੇ ਦੇ ਵਿੱਚ ਇਨਵੋਲਵਮੈਂਟ, ਕਿਤੇ ਸ਼ੋਅ ਬੁੱਕ ਕਰਨ ਦੇ ਵਿੱਚ ਕਿੱਥੇ ਦੱਸੋ ਸ਼ਗਨਪ੍ਰੀਤ ਜੀ, ਬੜੀ ਸੋਚੀ ਸਮਝੀ ਸਾਜਿਸ਼ ਦੇ ਅਧੀਨ ਲੋਕਾਂ ਨੇ ਇੰਟਰਵਿਊਆਂ ਕੀਤੀਆਂ ਔਰ ਇੰਟਰਵਿਊਆਂ ਨੂੰ ਤਦ ਤੱਕ ਪਬਲਿਸ਼ ਸੋਸ਼ਲ ਮੀਡੀਆ 'ਤੇ ਅਪਲੋਡ ਕਰਦੇ ਰਹੇ ਜਦ ਤੱਕ ਗੈਂਗਸਟਰਾਂ ਦੇ ਮਨ ਦੇ ਵਿੱਚ ਉਹ ਗੱਲ ਜਚਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਗਏ ਕਿ ਸਿੱਧੂ ਹੀ ਇੱਕ ਜਿਹੜਾ ਕਿਸੇ ਤੋਂ ਡਰਦਾ ਨਹੀਂ ਹੈ, ਉਹਨੂੰ ਦੂਜੇ ਗੈਂਗਸਟਰ ਮਦਦ ਕਰਦੇ, ਉਹਨੂੰ ਜੇ ਕਰਦੇ ਵੋ ਕਰਦੇ, ਆਪਣੀ ਜੋ ਘਟੀਆ ਸੋਚ ਸੀ ਉਹਨੂੰ ਫੈਲਾਉਣ ਦੇ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ। ਇਹੀ ਕਾਰਨ ਬਣਿਆ ਸਿੱਧੂ ਦੀ ਮੌਤ ਦਾ। ਜੇ ਸਾਡੇ 'ਤੇ ਕੋਈ ਐਲੀਗੇਸ਼ਨ ਲੱਗਦੇ, ਸਾਡੇ ਬੱਚੇ ਦੇ ਵਿੱਚ ਕੋਈ ਨੁਕਸ਼ ਹੁੰਦਾ ਤਾਂ ਪੁਲਿਸ ਸਾਨੂੰ ਸੰਮਣ ਕਰਦੀ ਜ਼ਰੂਰ। ਸਾਰੇ ਗੈਂਗਸਟਰ ਆਏ, ਉਹਨਾਂ ਦਾ ਰਿਮਾਂਡ ਲਿਆ ਪੁਲਿਸ ਨੇ, ਸਾਰਿਆਂ ਤੋਂ ਬੜੀ ਸਾਡੇ ਤਾਂ ਖਿਲਾਫ ਸਿੱਧੂ ਦੇ ਕਈ ਅਫਸਰ ਵੀ ਇੰਨਾ ਪਿਆਰ ਕਰਦੇ ਸੀ ਜਿਹੜੇ ਕਹਿੰਦੇ ਸੀ ਵੀ ਤੂੰ ਲੈ ਸਿੱਧੂ, ਸਿੱਧੂ ਦਾ ਨਾਂ ਲੈ, ਪਰ ਜੇ ਅਗਲਿਆਂ ਨੇ ਫਿਰ ਵੀ ਨਹੀਂ ਲਿਆ ਫਿਰ ਇਹਨਾਂ ਨੇ ਗੈਂਗਸਟਰਾਂ ਕੋਲ ਜਾ ਵੜੇ ਹੋਏ, ਸ਼ਗਨਪ੍ਰੀਤ ਨੂੰ ਸਾਡਾ ਮੈਨੇਜਰ ਬਣਾਤਾ। ਸੋ ਵੀਰੋ, ਇੱਕ ਸਾਧਾ ਵਰਗਾ ਬੱਚਾ ਇਹਨਾਂ ਦੀਆਂ ਬੇਈਮਾਨਾਂ ਦੀਆਂ ਘਟੀਆ ਸਕੀਮਾਂ ਦੇ ਤਾਂ ਦੀ ਭੇਂਟ ਚੜ ਗਿਆ। ਹੁਣ ਸ਼ਗਨਪ੍ਰੀਤ ਦੇ ਉੱਤੇ ਗੱਲ ਆਉਂਦੀ ਹੈ। ਸ਼ਗਨਪ੍ਰੀਤ ਸਿੱਧੂ ਨੂੰ 1 ਸਾਲ ਪਹਿਲਾਂ ਤੋਂ ਜਾਣਨ ਲੱਗਿਆ, ਜਿਵੇਂ ਤੁਸੀਂ ਆਏ ਉਹਦੇ ਕੋਲ ਹਜ਼ਾਰਾਂ ਲੋਕ ਆਉਂਦੇ ਜੀ ਫੋਟੋ ਖਿਚਾਉਣ, ਸ਼ਗਨਪ੍ਰੀਤ ਵੀ ਆਇਆ, ਪਹਿਲਾਂ ਕਿਸੇ ਹੋਰ ਮੁੰਡੇ ਦੇ ਨਾਲ ਆਇਆ ਸੀ, ਹੌਲੀ ਹੌਲੀ ਜਾਣ ਪਹਿਚਾਣ ਜੋ ਗਈ, ਉਹ 1-2 ਸ਼ੋਆਂ 'ਤੇ ਵੀ ਨਾਲ ਚਲਾ ਗਿਆ ਤਾਂ ਉਹਨੂੰ ਸਾਡਾ ਮੈਨੇਜਰ ਬਣਾਤਾ, ਜਦਕਿ ਸਾਡਾ ਮੈਨੇਜਰ ਅੱਜ ਵੀ ਆਫੀਸ਼ੀਅਲ ਦੇ ਬੰਟੀ ਬੈਂਸ ਹੈ ਔਰ ਪਿਛਲੇ 4-5 ਸਾਲ ਤੋਂ ਉਹੀ ਬੰਦਾ ਕੰਮ ਦੇਖ ਰਿਹਾ ਸੀ। ਦੱਸਾਂ ਕਿਸੇ ਪੈਸੇ ਦੇ ਵਿੱਚ ਇਨਵੋਲਵਮੈਂਟ, ਕਿਤੇ ਸ਼ੋਅ ਬੁੱਕ ਕਰਨ ਦੇ ਵਿੱਚ ਕਿੱਥੇ ਦੱਸੋ ਸ਼ਗਨਪ੍ਰੀਤ ਜੀ, ਬੜੀ ਸੋਚੀ ਸਮਝੀ ਸਾਜਿਸ਼ ਦੇ ਅਧੀਨ ਲੋਕਾਂ ਨੇ ਇੰਟਰਵਿਊਆਂ ਕੀਤੀਆਂ ਔਰ ਇੰਟਰਵਿਊਆਂ ਨੂੰ ਤਦ ਤੱਕ ਪਬਲਿਸ਼ ਸੋਸ਼ਲ ਮੀਡੀਆ 'ਤੇ ਅਪਲੋਡ ਕਰਦੇ ਰਹੇ ਜਦ ਤੱਕ ਗੈਂਗਸਟਰਾਂ ਦੇ ਮਨ ਦੇ ਵਿੱਚ ਉਹ ਗੱਲ ਜਚਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਗਏ ਕਿ ਸਿੱਧੂ ਹੀ ਇੱਕ ਜਿਹੜਾ ਕਿਸੇ ਤੋਂ ਡਰਦਾ ਨਹੀਂ ਹੈ, ਉਹਨੂੰ ਦੂਜੇ ਗੈਂਗਸਟਰ ਮਦਦ ਕਰਦੇ, ਉਹਨੂੰ ਜੇ ਕਰਦੇ ਵੋ ਕਰਦੇ, ਆਪਣੀ ਜੋ ਘਟੀਆ ਸੋਚ ਸੀ ਉਹਨੂੰ ਫੈਲਾਉਣ ਦੇ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ। ਇਹੀ ਕਾਰਨ ਬਣਿਆ ਸਿੱਧੂ ਦੀ ਮੌਤ ਦਾ। ਜੇ ਸਾਡੇ 'ਤੇ ਕੋਈ ਐਲੀਗੇਸ਼ਨ ਲੱਗਦੇ, ਸਾਡੇ ਬੱਚੇ ਦੇ ਵਿੱਚ ਕੋਈ ਨੁਕਸ਼ ਹੁੰਦਾ ਤਾਂ ਪੁਲਿਸ ਸਾਨੂੰ ਸੰਮਣ ਕਰਦੀ ਜ਼ਰੂਰ। ਸਾਰੇ ਗੈਂਗਸਟਰ ਆਏ, ਉਹਨਾਂ ਦਾ ਰਿਮਾਂਡ ਲਿਆ ਪੁਲਿਸ ਨੇ, ਸਾਰਿਆਂ ਤੋਂ ਬੜੀ ਸਾਡੇ ਤਾਂ ਖਿਲਾਫ ਸਿੱਧੂ ਦੇ ਕਈ ਅਫਸਰ ਵੀ ਇੰਨਾ ਪਿਆਰ ਕਰਦੇ ਸੀ ਜਿਹੜੇ ਕਹਿੰਦੇ ਸੀ ਵੀ ਤੂੰ ਲੈ ਸਿੱਧੂ, ਸਿੱਧੂ ਦਾ ਨਾਂ ਲੈ, ਪਰ ਜੇ ਅਗਲਿਆਂ ਨੇ ਫਿਰ ਵੀ ਨਹੀਂ ਲਿਆ ਫਿਰ ਇਹਨਾਂ ਨੇ ਗੈਂਗਸਟਰਾਂ ਕੋਲ ਜਾ ਵੜੇ ਹੋਏ, ਸ਼ਗਨਪ੍ਰੀਤ ਨੂੰ ਸਾਡਾ ਮੈਨੇਜਰ ਬਣਾਤਾ। ਸੋ ਵੀਰੋ, ਇੱਕ ਸਾਧਾ ਵਰਗਾ ਬੱਚਾ ਇਹਨਾਂ ਦੀਆਂ ਬੇਈਮਾਨਾਂ ਦੀਆਂ ਘਟੀਆ ਸਕੀਮਾਂ ਦੇ ਤਾਂ ਦੀ ਭੇਂਟ ਚੜ ਗਿਆ।